ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟ। ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਕਰੋਨਾ ਵਾਇਰਸ ਤੇ ਪਹਿਲੇ ਹੀ ਜਲੰਧਰ ਦੇ ਵਿੱਚ ਕੇਸ 2 ਨਿਕਲੇ ਸੀਗੇ, ਜਿਹਦੀ ਅਸੀਂ ਤੁਹਾਨੂੰ ਪਹਿਲੇ ਵੀ ਜਾਣਕਾਰੀ ਦੇ ਚੁੱਕੇ ਹਾਂ। ਇੱਕ ਜਵਾਲਾ ਨਗਰ ਦੀ ਲੇਡੀਜ਼ ਨਿਕਲੀ ਸੀ ਅਤੇ ਇੱਕ 12 ਸਾਲ ਦਾ ਲੜਕਾ ਨਿਕਲਿਆ ਸੀਗਾ ਵਿਨੀਤ। ਅਤੇ ਹੁਣੇ ਹੁਣੇ ਜੋ ਰਿਪੋਰਟ ਆਈ ਹੈ ਉਹਦੇ ਵਿੱਚ 5 ਕਰੋਨਾ ਪੋਜ਼ਿਟਿਵ ਹੋਰ ਨਿਕਲੇ ਨੇ, ਜਿਨ੍ਹਾਂ ਦੇ ਵਿੱਚੋਂ 3 ਜੋ ਹੈ ਭਗਤ ਸਿੰਘ ਕਲੋਨੀ ਦੇ ਨੇ ਅਤੇ 2 ਨਿਊ ਗੋਬਿੰਦ ਨਗਰ ਦੇ ਨੇ। ਇਹ ਵੀ ਜਲੰਧਰ ਦੇ ਵਿੱਚ ਟੋਟਲ ਅੱਜ 7 ਪੋਜ਼ਿਟਿਵ ਕੇਸ ਨਿਕਲੇ ਨੇ, ਜੋ ਕਿ ਹਾਲਾਤ ਦਿਨ ਪਰ ਦਿਨ ਜਲੰਧਰ ਦੇ ਜੋ ਕਿ ਮਾੜਾ ਹੀ ਹੁੰਦੇ ਜਾ ਰਹੇ ਨੇ। ਅਤੇ ਲੋਕਾਂ ਮੂਹਰੇ ਵੀ ਇਹ ਅਪੀਲ ਹੈ ਕਿ ਘਰਾਂ ਦੇ ਵਿੱਚ ਰਹੋ, ਇਹਦੇ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਲੋੜ, ਸਗੋਂ ਇਹਦੇ ਨਾਲ ਲੜਨ ਦੀ ਲੋੜ ਹੈ। ਲੋਕਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਸ ਦੀ ਚੈਨ ਤੋੜ ਸਕਾਂਗੇ ਤਾਂ ਕਿ ਇਹ ਕਰੋਨਾ ਵਾਇਰਸ ਅੱਗੇ ਨਾ ਫੈਲ ਸਕੇ। ਸੋ ਜਲੰਧਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਘਰਾਂ ਦੇ ਵਿੱਚ ਰਹਿਣ। ਜੇ ਕਿਸੇ ਨੂੰ ਕਿਸੇ ਸਮਾਨ ਦੀ ਲੋੜ ਹੈ ਤਾਂ ਫੈਮਿਲੀ ਦੇ ਵਿੱਚੋਂ ਸਿਰਫ ਇੱਕ ਮੈਂਬਰ ਘਰ ਤੋਂ ਬਾਹਰ ਜਾਵੇ ਜੋ ਕਿ ਸਮਾਨ ਲੈ ਕੇ ਆਵੇ। ਜਿੰਨੀ ਜਲਦੀ ਆਪਾਂ ਇਸ ਕਰੋਨਾ ਵਾਇਰਸ ਦੀ ਚੈਨ ਤੋੜਾਂਗੇ, ਉਨੀ ਜਲਦੀ ਹੀ ਆਪਾਂ ਇਸ 'ਤੇ ਕਾਬੂ ਪਾ ਸਕਦੇ ਹਾਂ। ਅਤੇ ਜਲੰਧਰ ਪੰਜਾਬ ਦੇ ਵਿੱਚੋਂ ਪਹਿਲੇ ਹੀ ਸਭ ਤੋਂ ਜ਼ਿਆਦਾ ਪਹਿਲੇ ਨੰਬਰ ਦੇ ਉੱਤੇ ਆ ਚੁੱਕਾ ਹੈ, ਕਿਉਂਕਿ ਪੇਸ਼ੈਂਟ ਸਿਰਫ ਜਲੰਧਰ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਨੇ। ਅੱਜ ਦੀ ਜੇ ਗੱਲ ਕਰੀਏ, ਅੱਜ ਟੋਟਲ 85 ਕੇਸ ਹੋ ਚੁੱਕੇ ਨੇ ਜਲੰਧਰ ਦੇ ਵਿੱਚੋਂ ਕਰੋਨਾ ਪੋਜ਼ਿਟਿਵ ਦੇ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟ।